ਤੇ ਜਿਹੜੀ ਇਹ ਮਾਰ ਕਟਾਈ ਹੋਈ ਆ ਤੁਹਾਡੇ ਨਾਲ ਇਹ ਕਿੱਥੇ ਹੋਈ ਹੈ ਸਰ ਜੀ ਜਿੱਦਾਂ ਪਰਸੋਂ ਜੀ ਮੈਂ ਰਾਤੀ ਕੰਮ ਤੇ ਸੀ ਕੰਮ ਤੋਂ ਆਇਆ ਮੈਂ ਰਾਤੀ ਮਾਮੀ ਦੇ ਘਰੇ ਰੁਕ ਗਿਆ ਸੀਗਾ ਜੀ ਫਿਰ ਉਹਨਾਂ ਨੂੰ ਕੋਈ ਖਬਰ ਲੱਗੀ ਹੋਣੀ ਆ ਕਿ ਮਾਮੀ ਦੇ ਘਰੇ ਸੁੱਤੇ ਪਏ ਨੇ ਸਵੇਰੇ 10:30 ਵਜੇ ਸਾਨੂੰ ਚੱਕ ਲਿਆ ਉਹ ਲੈ ਜਾ ਕੇ ਗਰਾਊਂਡ ਵਿੱਚ ਸਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ 20-25 ਬੰਦੇ ਨੇ ਸਾਨੂੰ ਕੁੱਟਿਆ ਹਾਂ ਕਿੱਥੇ ਲੈ ਕੇ ਗਏ ਸੀ ਚੱਕ ਕੇ ਸਰ ਐਸਐਸ ਨਿਮਲ ਸਿੰਘ ਦਾ ਕੋਈ ਦਫ਼ਤਰ ਹੈਗਾ ਪੋਸਟ ਦਾ ਉਹਦੇ ਨਾਲ ਹੀ ਗਲੀਚੇ ਡਰੋਪ ਹੈ ਜੀ अच्छा जो थोनू चक के लैके गए ने ओ कह के की लैके गए ने के धक्के ना लैके गए चक के कहंदे जी तुसी चलो अपने घरे जिदा सामान पिया ओ सानू सामान चकाओगे हां जी की नाम है जी थोड़ा सुमेश कुमार सर की मसला की है थोड़ा ए सर साडा ब्याह होया सीगा अज 9 महीने पहले जी साडी कुड़ी मतलब साडी पत्नी घरवाली नाल इस वाइफ नाल नहीं चल रहा झगड़ा हो रहा जी ओ रहना नहीं चाहंदी सर हां जी हुन ओ कहंदी सानू तलाक चाहिदा है ਕਿੱਥੇ ਲੈ ਕੇ ਗਏ ਸੀ ਚੱਕ ਕੇ ਸਰ ਐਸਐਸ ਨਿਮਲ ਸਿੰਘ ਦਾ ਕੋਈ ਦਫ਼ਤਰ ਹੈਗਾ ਪੋਸਟਰ ਦਾ ਉਹਦੇ ਨਾਲ ਹੀ ਗਲੀਚੇ ਡਰੋਪ ਹੈ ਉੱਥੇ ਕੁੱਟਿਆ ਫਿਰ ਉੱਥੋਂ ਬਾਅਦ ਲੈ ਜਾ ਕੇ ਸਾਨੂੰ ਨਿਮਲ ਸਿੰਘ ਦੇ ਦਫ਼ਤਰ ਜੁਨੀ ਜੁਨੀ ਲੈ ਜਾ ਕੇ ਸਾਨੂੰ ਕੁੱਟਿਆ ਕਿੰਨੇ ਜਣੇ ਸੀਗੇ ਉਹ ਪਹਿਲਾਂ ਘੱਟੋ ਘੱਟ 20-25 ਸੀਗੇ ਸਰ ਹਾਂਜੀ ਉਹਨਾਂ ਦੇ ਕੋਲ ਹਾਕੀ ਸੀਗੀਆਂ ਡਾਂਗਾ ਸੀਗੀਆਂ ਕਰਵਾਉਣਾ ਸੀਗਾ ਜੀ ਤੇ ਕੋਈ ਮੈਡੀਕਲ ਵਗੈਰਾ ਤੁਸੀਂ ਆਪਣਾ ਕੁਛ ਕਰਾਇਆ ਮੈਡੀਕਲ ਕਰਾਇਆ ਸਰ ਜੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਤੁਸੀਂ ਹਾਂਜੀ ਸਾਡਾ ਕੇਸ ਤੋਂ ਪਹਿਲੇ ਚੱਲਦਾ ਪਿਆ ਸਰ ਜੀ ਸਾਡੇ ਵਾਸਤੇ ਅੱਛਾ ਅਸੀਂ ਵਿਧਾਇਕ ਦਾ ਕੇਸ ਲਾਇਆ ਵਾ ਜੀ ਤੇ ਪੁਲਿਸ ਪਹੁੰਚੀ ਸੀ ਮੌਕੇ ਤੇ ਹਾਂ ਜੀ ਸਾਡੇ ਵਾਲੇ ਪੁਲਿਸ ਆਈ ਸੀ ਉਹਨਾਂ ਦੇ ਘਰ ਵੀ ਸਾਡਾ ਬਹੁਤ ਬਚਾਅ ਹੋ ਗਿਆ ਸਰ ਜੀ ਉਹ ਤੋਂ ਮਾਰ ਮਾਰ ਕੇ ਸਾਨੂੰ ਜਾਨ ਕੇ ਲੋਕਾਂ ਦੀ ਪ੍ਰਾਣ ਕੱਢ ਦਿਆਂਗੇ ਤੇ ਪਰਚਾ ਕੋਈ ਦਰਜ ਹੋਇਆ ਹੋਣਾ ਬੰਦਿਆਂ ਦੇ ਉਹਨਾਂ ਨੂੰ ਪਰਚਾ ਵੀ ਦਰਜ ਹੋਇਆ ਵਾ ਅਸੀਂ ਸਿਲਿਪ ਤੋਂ ਕਰਾ ਕੇ ਸਿਵਲ ਤੋਂ ਲੈ ਜਾ ਕੇ ਉਹ ਵੀ ਜਮਾ ਕਰਾਈਏ ਥਾਣੇ ਕੰਨਣ ਵਾਲੀ ਹੁਣ ਬੰਦੇ ਅੰਦਰ ਹੈ ਜਾਂ ਬਾਹਰ ਨੇ ਨਹੀਂ ਜੀ ਸਾਨੂੰ ਕਿਸੇ ਨਾਲ ਕਾਲ ਆਈ ਸੀਗੀ ਯਾਰ ਦੋਸਤੀ ਜੀ ਉਹ ਕਹਿੰਦਾ ਜੀ ਹਾਂਜੀ ਉਹਨਾਂ ਤੇ ਕਹਿੰਦੇ ਉਹਨਾਂ ਨੂੰ ਛੱਡ ਦਿੱਤਾ ਵਾ ਅੱਛਾ ਹਾਂਜੀ ਸਰ ਤੇ ਹੋਰ ਕਿਸੇ ਨਾਲ ਵੀ ਮਾਰ ਕਟਾਈ ਕੀਤੀ ਆ ਅੱਜ ਤੋਂ 10-20 ਇੱਕ ਮਹੀਨਾ ਪਹਿਲੇ ਜੀ ਸਾਡੇ ਘਰੇ ਵੀ ਆਈ ਸੀਗੀ ਉਹ ਮੇਰੀ ਪੈਰ ਨੂੰ ਕੁੱਟ ਕੇ ਗਏ ਸੀਗੇ ਮੇਰੇ ਡੈਡ ਨੂੰ ਕੁੱਟ ਕੇ ਗਏ ਸੀਗੇ ਹਾਂਜੀ ਸਰ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਸਾਡੀ ਜਾਨ ਦਾ ਬਹੁਤ ਡਰ ਹੈ ਨਾ ਸਾਨੂੰ ਉਹ ਪੂਰੀ ਫੈਮਿਲੀ ਨੂੰ ਤੰਗੀ ਦੇ ਲਈ ਕਦੋਂ ਜਾਨ ਤੋਂ ਮਾਰ ਦੇਣਗੇ ਜੀ ਹਾਂਜੀ ਇਹ ਮਾਰ ਕਟਾਈ ਕਿੰਨੇ ਮਹੀਨਿਆਂ ਤੋਂ ਚੱਲ ਰਹੀ ਹੈ ਜਾਂ ਕਿੰਨੇ ਦਿਨਾਂ ਤੋਂ 3 ਮਹੀਨੇ ਹੋ ਗਏ ਸਰ ਹਾਂਜੀ ਸਰ ਜਿਹੜੇ ਬੰਦਿਆਂ ਨੇ ਤੁਹਾਨੂੰ ਕੁੱਟਿਆ ਜਾਂ ਜਿਹੜੇ ਤੁਹਾਨੂੰ ਲੈ ਕੇ ਗਏ ਉਹਨਾਂ ਦਾ ਨਾਮ ਤੁਸੀਂ ਦੱਸ ਸਕਦੇ ਹੋ ਨਾ ਤੋ ਸਰ ਨਹੀਂ ਪਤਾ ਹੈਗਾ ਇੱਕ ਮੇਰਾ ਸਾਲਾ ਸੀਗਾ ਜੀ ਸਾਲੇ ਦਾ ਕੀ ਨਾਮ ਹੈ ਤੁਹਾਡੇ ਨਾਲ ਨਾਮ ਹੈਗਾ ਸਾਲੇ ਦਾ अच्छा जो थोनू लैके गए सारे जने चुक के थोड़े नाल कौन कौन सी हो रहे तुसी कले सीगे छोटा हां जी छोटा भरा सीगा एदे नाल भी मार कटाई कीती है किदा अच्छा जो थोनू चक के लैके गए ने ओ कह के की लैके गए ने के धक्के ना लैके गए चक के कहंदे जी तुसी चलो अपने घरे जिदा सामान पिया ओ सानू सामान चकाओगे उन्होंने साडी बाइक वाइक सारा कुछ ले लिया ਨਹੀਂ ਮਸੀਂ ਦੇ ਦਫ਼ਤਰ ਜਾਕੇ ਜੀ ਸਾਡਾ ਆਰਸੀ ਵੀ ਲੈ ਲਿਆ ਵਾ ਬਾਈਕ ਵੀ ਛਿਨ ਲਈ ਆ ਆਧਾਰ ਕਾਰਡ ਤੇ ਉਹਨਾਂ ਨੇ ਸਾਈਨ ਵੀ ਕਰਾ ਲਿਆ ਵਾ ਜਦੋਂ ਉਹਦੇ ਦਫ਼ਤਰ ਲੈ ਕੇ ਗਏ ਉਹ ਆਪ ਕਾਉਂਸਲਰ ਉੱਥੇ ਮੌਜੂਦ ਸੀਗਾ ਕਾਉਂਸਲਰ ਬਾਚੇ ਆਏ ਜੀ ਪਰ ਉਹਨਾਂ ਦੇ ਕੋਲ 2-3 ਸਟਾਫ ਹੈਗਾ ਉੱਥੇ ਸੀਗੇ ਜੀ ਕਾਉਂਸਲਰ ਨੇ ਕੋਈ ਫਿਰ ਸਟੈਪ ਲਿਆ ਤੁਹਾਡੀ ਲੜਾਈ ਦੇ ਜੀ ਕਰੋ ਆਪਣੇ ਡਾਕੂਮੈਂਟ ਲੈ ਕੇ ਆਓ ਰਜਿਸਟਰੀ ਲੈ ਕੇ ਆਓ ਜੀ ਉੱਥੇ ਸਾਈਨ ਕਰੋ ਜੀ ਪੁਲਿਸ ਵਾਲਿਆਂ ਨੇ ਕਿੰਨੇ ਦਿਨ ਰੱਖੇ ਬੰਦੇ ਉਹ ਜੀ ਸੁਬਹ ਤੋਂ ਪਹਿਲੇ ਲੈ ਗਏ ਸੀਗੇ ਸਾਮੀ ਰਾਤੀ ਛੱਡਤਾ ਉਹਨਾਂ ਨੇ ਕੰਗਣਵਾਲ ਚੌਕੀ ਕੰਗਣਵਾਲ ਚੌਂਕੀ ਠੀਕ ਆ।